ਤਸਵੀਰਾਂ ਰੂਪਨਗਰ ਦੇ ਬਾਜ਼ਾਰ ਦੀਆਂ ਦਿਖਾ ਰਹੇ ਹਾਂ। ਵਪਾਰਕ ਜਥੇਬੰਦੀਆਂ ਅਤੇ ਸਨਾਤਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ। ਅੱਜ ਸਵੇਰ ਤੋਂ ਲੈ ਕੇ 12 ਵਜੇ ਤੱਕ ਬੰਦ ਦੀ ਕਾਲ ਦਿੱਤੀ ਗਈ ਆ। ਜਥੇਬੰਦੀ ਨੁਮਾਇੰਦੇ ਇੱਥੇ ਮੌਜੂਦ ਨੇ, ਉਹਨਾਂ ਬਾਅਦ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਵਪਾਰ ਮੰਡਲ ਦੇ ਨਾਲ ਗੱਲਬਾਤ ਕਰਦੇ, ਕੀ ਮੁੱਦਾ, ਕਿਸ ਨੂੰ ਲੈ ਕੇ ਇਹ ਬੰਦ ਦੀ ਕਾਲ ਦਿੱਤੀ ਗਈ ਆ? ਵਪਾਰ ਮੰਡਲ ਵੱਲੋਂ ਕਾਲ ਦਿੱਤੀ ਗਈ ਆ ਮਿੰਟਾ, ਕਿਸ ਬਾਬਤ ਇਹ ਕਾਲ ਦਿੱਤੀ ਗਈ ਆ? ਤਕਰੀਬਨ ਇੱਕ ਹਫ਼ਤਾ ਪਹਿਲਾਂ ਇੱਥੇ ਮੰਡੀ ਦੇ ਵਿੱਚ ਕਿਸੇ ਨੇ ਘਰ 'ਚ ਗਊਂ ਰੱਖੀਆਂ ਸੀਗੀਆਂ, ਉਹਨਾਂ ਦੀ ਹੱਤਿਆ ਕੀਤੀ ਗਈ ਸੀਗੀ। ਉਸ ਦੇ ਸੰਬੰਧ ਦੇ ਵਿੱਚ ਸਨਾਤਨ ਧਰਮ ਸਭਾ, ਹਿੰਦੂ ਸੰਗਠਨ ਸਭਾ, ਹੋਰ ਸਭਾਵਾਂ ਹਿੰਦੂ ਦੀਆਂ ਜਿੰਨੀਆਂ ਸੀਗੀਆਂ, ਇਹਨਾਂ ਨੇ ਪਿਛਲੇ ਦਿਨ ਬੈਠ ਕੇ ਸਲਾਹ ਕੀਤੀ ਵੀ ਸਾਡੇ ਜਿਹੜੀ ਹੱਤਿਆ ਗਊ ਮਾਤਾ ਦੀ ਹੋਈ ਹੈ, ਇਹਦੇ 'ਤੇ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ। ਸੋ ਇਹ ਢਿੱਲੀ ਕਾਰਵਾਈ 'ਤੇ ਬੜੇ ਕੁਸ਼ਚਨ ਆਂਸਰ ਉੱਠੇ ਸੀਗੇ। ਉਹ ਇਹਨਾਂ ਨੇ ਸਾਨੂੰ ਬੁਲਾਇਆ ਮੀਟਿੰਗ ਦੇ ਵਿੱਚ, ਇਹਨਾਂ ਕਿਹਾ ਵੀ ਸਾਨੂੰ ਸਾਡਾ ਤੁਹਾਡਾ ਵਪਾਰ ਵਾਲਾ ਸਹਿਯੋਗ ਚਾਹੀਦਾ। ਅਸੀਂ ਕਿਹਾ ਵੀ ਇਹ ਹਿੰਦੂ ਸਿੱਖ ਦਾ ਮੁੱਦਾ, ਭਾਈਚਾਰੇ ਏਕਤਾ ਲਈ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਸਾਡੇ ਨਾਲ ਸਾਥ ਦਿਓ। ਸੋ ਇਹਨੇ ਬੰਦੀ ਕਾਲ ਲਈ ਸਾਨੂੰ ਕਿਹਾ ਸੀਗਾ, ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਭਾਈ ਹਿੰਦੂ ਸਿੱਖ ਏਕਤਾ ਭਾਈਚਾਰੇ ਲਈ ਸਾਰਾ ਵਪਾਰ ਬੰਦ ਕਰਾ ਕੇ ਅੱਜ ਇਹਨਾਂ ਸਪੋਰਟ ਦੇ ਵਿੱਚ ਖੜੇ ਹਾਂ, ਤਾਂ ਜੋ ਜਿਹੜੇ ਜੋ ਗਊ ਮਾਤਾ ਦੀ ਹੱਤਿਆ ਹੋਈ ਹੈ ਉਹਨਾਂ ਦਾ ਇਨਸਾਫ਼ ਮਿਲ ਸਕੇ ਅਤੇ ਲੋਕਾਂ ਦੇ ਸ਼ਹਿਰ ਦੇ ਵਿੱਚ ਠੰਡ ਪੈ ਸਕੇ। ਪ੍ਰਸ਼ਾਸਨ ਨਾਲ ਲਗਾਤਾਰ ਤੁਸੀਂ ਰਾਬਤਾ ਕਾਇਮ ਕਰਦੇ ਰਹੇ ਹੋ, 2-3 ਮੀਟਿੰਗਾਂ ਹੋ ਚੁੱਕੀਆਂ ਨੇ, ਕੱਲ ਸ਼ਾਮ ਤੱਕ ਵੀ ਤੁਹਾਡੀ ਮੀਟਿੰਗ ਹੁੰਦੀ ਰਹੀ ਆ, ਗੱਲਬਾਤ ਕੀ ਨਿਬੜੇ, ਕੀ ਚੜ੍ਹਦੀ ਪਈ ਆ, ਉਹਨਾਂ ਵੱਲੋਂ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਜਾ ਰਿਹਾ? ਕਿਉਂਕਿ ਕੱਲ ਰਾਤ ਵੀ ਉਹਨਾਂ ਵੱਲੋਂ ਆਸ਼ਵਾਸਨ ਦਿੱਤਾ ਗਿਆ ਅਸੀਂ ਇਸ ਕਾਰਵਾਈ ਕਰ ਰਹੇ ਹਾਂ, ਲੇਕਿਨ ਤੁਹਾਡੇ ਜਿਹੜਾ ਰੋਸ਼ ਆ ਉਹ ਦਿਖ ਰਿਹਾ ਵੀ ਸੰਤੁਸ਼ਟ ਨਹੀਂ ਹੋ ਕਾਰਵਾਈ ਦੇ ਨਾਲ। ਸੋ ਉਹਨਾਂ ਨੇ ਸ਼ਹਿਰ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਉਹਨਾਂ ਨੇ ਸਾਰੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹੈ। ਪੁਲਿਸ ਕਹਿ ਰਹੀ ਵੀ ਅਸੀਂ ਨੇੜੇ ਲੱਗੇ ਹੋਏ ਆ ਵੀ ਸਾਨੂੰ ਥੋੜਾ ਹੋਰ ਟਾਈਮ ਦਿਓ। ਅਸੀਂ ਪਿਛਲੇ ਇੱਕ ਹਫ਼ਤੇ ਤੋਂ ਟਾਈਮ ਦਿੰਦੇ ਆ ਰਹੇ ਸੀਗੇ ਪਰ ਲੋਕਾਂ ਦਾ ਵਿਦਰੋਹ ਡੇ ਬੇ ਡੇ ਵੱਧਦਾ ਜਾ ਰਿਹਾ ਸੀਗਾ, ਇਸ ਕਰਕੇ ਸਾਨੂੰ ਇਹ ਰਾਤੀ ਕੱਲ੍ਹ ਸਟੈਪ ਚੱਕਣਾ ਪਿਆ। ਜੇ ਪੁਲਿਸ ਨੇ ਥੋੜੇ ਦਿਨਾਂ ਵੀ ਨਹੀਂ ਕਾਰਵਾਈ ਕੀਤੀ ਤਾਂ ਹੋ ਸਕਦਾ ਇਹਨਾਂ ਦੇ ਵੱਲੋਂ ਜੋ ਸਾਨੂੰ ਆਦੇਸ਼ ਦਿੱਤਾ ਜਾਊਗਾ ਸੰਘਰਸ਼ ਹੋਰ ਵੀ ਦਿਖਾ ਸਕਦਾ। ਰਮੇਸ਼ ਜੀ, ਤੁਸੀਂ ਕਿੱਦਾਂ ਦੇਖਦੇ ਆ, ਬਤੌਰ ਵਕੀਲ ਵੀ ਆ, ਤੁਸੀਂ ਸਨਾਤਨ ਧਰਮ ਦੇ ਨਾਲ ਸੰਬੰਧ ਵੀ ਰੱਖਦੇ ਆ, ਜੁੜੇ ਹੋਏ ਆ ਇੱਥੇ, ਕਿੱਦਾਂ ਦੇਖਦੇ ਪਏ ਆ ਪੁਲਿਸ ਜਿਹੜੀ ਕਾਰਵਾਈ ਹੈ, ਕਿਉਂਕਿ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਜ਼ਿਆਦਾ ਰੋਹ ਦਿਖਾਈ ਦੇ ਰਿਹਾ? ਪਿਛਲੇ ਇੱਕ ਹਫ਼ਤੇ ਤੋਂ ਐਡਾ ਬੜਾ ਸ਼ਹਿਰ 'ਚ ਵਾਕਾ ਹੋ ਗਿਆ ਔਰ ਮੇਰਾ ਖਿਆਲ ਹੈ ਸਾਡੀ ਉਮਰਾਂ ਵੀ 40+ ਹੋ ਚੁੱਕੀਆਂ ਹੈ, ਅਸੀਂ ਸ਼ਹਿਰ 'ਚ ਅੱਜ ਤੱਕ ਵੀ ਐਸਾ ਮਾਹੌਲ ਨਹੀਂ ਦੇਖਿਆ ਕਿ ਗਊ ਹੱਤਿਆ ਹੋਈ ਹੋਵੇ ਸ਼ਹਿਰ 'ਚ। ਔਰ ਬੜੀ ਗੱਲ ਕਿਆ ਹੈ ਕਿ ਪੁਲਿਸ ਦੀ ਕਾਰਵਾਈ ਨਾਲ ਲੋਕਾਂ ਨੂੰ ਸੰਤੁਸ਼ਟੀ ਨਹੀਂ ਹੈ। ਨੋ ਡਾਊਟ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਪਰ ਲੋਕਾਂ ਦੇ ਵਿੱਚ ਇਸ ਗੱਲ ਦਾ ਰੋਸ਼ ਹੈ ਕਿ ਐਡਾ ਬੜਾ ਵਾਕਾ ਹੋ ਗਿਆ ਹੋਵੇ। ਔਰ ਮੈਨੂੰ ਲੱਗਦਾ ਹੈ ਕਿ ਇਹ ਬੜੀ ਸਾਜਿਸ਼ ਦਾ ਹਿੱਸਾ ਹੈ, ਕਿਉਂਕਿ ਸਾਡਾ ਸ਼ਹਿਰ ਬੜਾ ਸ਼ਾਂਤਮਈ ਸ਼ਹਿਰ ਹੈ, ਉਰੇ ਬਹੁਤ ਭਾਈਚਾਰਾ, ਸਾਰੇ ਜਿਹੜੇ ਫਿਰਕੇ ਆਪਣੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਬੜੇ ਪਿਆਰ ਨਾਲ ਰਹਿੰਦੇ ਹੈ ਔਰ ਸਾਡੇ ਸ਼ਹਿਰ 'ਚ ਮਾਹੌਲ ਖਰਾਬ ਨਹੀਂ ਹੋਇਆ। ਸਾਨੂੰ ਤਾਂ ਇਸ ਗੱਲ ਦਾ ਖਦਸ਼ਾ ਹੈ ਕਿ ਇਹ ਕੋਈ ਬੜੀ ਸਾਜਿਸ਼ ਨਾ ਹੋਵੇ ਜਿਹੜੇ ਸਾਡੇ ਸ਼ਾਂਤਮਈ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀ ਹੈ। ਔਰ ਅੱਜ ਪੂਰਾ ਵਾਕਾ ਬੀਤ ਗਿਆ, ਹਫ਼ਤਾ ਬੀਤਣ ਦੇ ਬਾਵਜੂਦ ਵੀ ਪੁਲਿਸ ਜਿਹੜੀ ਹੈ ਹਾਲੇ ਵੀ ਕਹਿ ਰਹੀ ਕਿ ਸਾਨੂੰ ਹੋਰ ਸਮਾਂ ਦਿੱਤਾ ਹੋਵੇ, ਜਿਹਦਾ ਕਿ ਲੋਕਾਂ ਦੇ ਮਨ 'ਚ ਇਸ ਗੱਲ ਦਾ ਕਿ ਅਸੀਂ ਹੋਰ ਸਮਾਂ ਨਾ ਦੇ ਕੇ ਆਪਾਂ ਹੁਣ ਆਪਣੀ ਕਾਰਵਾਈ ਨੂੰ ਵਧਾਵਾਂਗੇ। ਅੱਜ 2 ਘੰਟੇ ਦੀ ਕਾਲ ਹੈ, ਜੇ ਸਾਡੀ ਸਭਾ, ਸਾਡੇ ਸਾਥੀ, ਹਰ ਜਾਗ ਦੀ ਜ਼ਮੀਰ ਵਾਲਾ ਬੰਦਾ ਜਿਹੜਾ ਸ਼ਹਿਰ ਦਾ ਵਸਨੀਕ ਹੈ ਉਹ ਸੰਘਰਸ਼ ਦੇ ਲਈ ਤਿਆਰ ਹੈ। ਜੋ ਸਾਡੇ ਸਾਥੀਆਂ ਦਾ ਮਨ ਬਣਿਆ, ਐਸ ਡੀ ਸਭਾ ਦਾ ਮਨ ਬਣਿਆ, ਜਿੰਨੇ ਹਿੰਦੂ ਸੰਗਠਨ ਹੈ, ਜਿੰਨੇ ਸਾਡੇ ਸਨਾਤਨੀ ਹੈ, ਜਿੰਨੇ ਸਾਡਾ ਰੋਪੜ ਦਾ ਭਾਈਚਾਰਾ, ਚਾਹੇ ਅਸੀਂ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਕੋਈ ਵੀ ਭਾਈਚਾਰਾ ਹੈ, ਅਸੀਂ ਸਾਰੇ ਇੱਕ ਝੰਡੇ ਥੱਲੇ ਖੜ ਕੇ ਸਰਕਾਰ ਦਾ ਵਿਰੋਧ ਕਰਾਂਗੇ ਔਰ ਜਦ ਤੱਕ ਦੋਸ਼ੀ ਫੜਿਆ ਨਹੀਂ ਜਾਂਦਾ ਇਹ ਸੰਘਰਸ਼ ਜਾਰੀ ਹੋਊਗਾ। ਨਿਕਸਨ ਜੀ ਮੌਜੂਦ ਨੇ ਸਾਡੇ ਨਾਲ ਇੱਥੇ। ਨਿਕਸਨ ਜੀ, ਗਊ ਰੱਖਿਆ ਦਲ ਦੇ ਨਾਲ ਸੰਬੰਧ ਤੁਸੀਂ ਰੱਖਦੇ ਹੋ, ਕਿੱਦਾਂ ਦੇਖਦੇ ਪਏ ਸਾਰੀ ਕਵਾਇਤ ਨੂੰ? ਸਭ ਤੋਂ ਪਹਿਲਾਂ ਤੁਸੀਂ ਉੱਥੇ ਪਹੁੰਚੇ ਸਨ, ਆਲੂ ਵਾਲੇ ਸਾਹਿਬ ਉੱਥੇ ਪਹੁੰਚੇ ਸਨ, ਕਿੱਦਾਂ ਦੇਖਦੇ ਪਏ ਆ ਹੁਣ ਜਿਹੜਾ ਰਵੱਈਆ ਹੈ ਉਸ ਨੂੰ ਲੈ ਕੇ ਸਾਫ਼ ਤੌਰ 'ਤੇ ਜਿਹੜੀ ਨਾਰਾਜ਼ਗੀ ਹੈ ਜ਼ਾਹਰ ਕੀਤੀ ਜਾ ਰਹੀ ਆ, ਅਗਲਾ ਸਟੈਪ ਕੀ ਹੋਏਗਾ? ਕਿਉਂਕਿ ਹੁਣ ਇੱਕ ਹਿਸਾਬ ਦੇ ਨਾਲ ਨਰਾਤੇ ਵੀ ਸ਼ੁਰੂ ਹੋ ਚੁੱਕੇ ਨੇ, ਅੱਜ ਪਹਿਲਾ ਦਿਨ ਨਰਾਤਿਆਂ ਦਾ, ਅਤੇ ਉਹ ਅੱਜ ਬੰਦ ਦੀ ਕਾਲ ਵੀ ਤੁਹਾਡੇ ਵੱਲੋਂ ਦਿੱਤੀ ਗਈ ਆ, ਗਊ ਨੂੰ ਵੀ ਮਾਂ ਦਾ ਰੂਪ ਸਮਝਿਆ ਜਾਂਦਾ ਹੈ, ਪੂਜਾ ਕਰਦੇ ਆ ਉਸ ਦੇ ਉੱਤੇ ਐਡੀ ਤਸੱਦਦ ਕੀਤੀ ਗਈ ਆ, ਲੇਕਿਨ ਜਿਹੜੀ ਤੁਹਾਨੂੰ ਇਨਸਾਫ਼ ਦੀ ਜਿਹੜੀ ਉਮੀਦ ਲੱਗ ਰਹੀ ਉਹ ਘੱਟ ਲੱਗ ਰਹੀ ਇਸ ਵਕਤ, ਇਸ ਕਰਕੇ ਇਹ ਬੰਦ ਦੀ ਕਾਲ ਦੇ ਰਹੇ ਹਾਂ ਤੁਸੀਂ 12 ਵਜੇ ਤੱਕ?
ਦੇਖੋ ਪ੍ਰਸ਼ਾਸਨ ਨੇ ਸਾਨੂੰ ਦੋ ਦੋ ਦਿਨ ਕਰਕੇ ਅੱਜ ਇੱਕ ਹਫ਼ਤਾ ਟਪਾ ਦਿੱਤਾ। ਕੱਲ੍ਹ ਜੋ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਅਸੀਂ ਉਹਦੇ ਨਾਲ ਬਿਲਕੁਲ ਸੈਟਿਸਫਾਈ ਨਹੀਂ ਹੈ। ਉਸੀ ਗੱਲ ਨੂੰ ਉਹ 4 ਦਿਨ ਤੇ ਕਹਿ ਰਹੇ ਆ ਅਸੀਂ ਆਹ ਕਰਤਾ ਆਹ ਕਰਤਾ, ਲੇਕਿਨ ਨਤੀਜਾ ਕੋਈ ਨਹੀਂ ਹੈ। ਸਾਨੂੰ ਰਾਤ ਗੁਪਤ ਸੂਚਨਾ, ਦੇਖੋ ਸਾਡੀ ਵੀ ਲਿੰਕ ਹੈ, ਅਸੀਂ ਗਊ ਮਾਤਾ ਦਾ ਕੰਮ ਕਰਦੇ ਹਾਂ, ਜਿੱਥੇ ਵੀ ਅਸੀਂ ਪ੍ਰਸ਼ਾਸਨ ਨੇ ਧਰਨਾ ਪ੍ਰਦਰਸ਼ਨ ਕੀਤਾ ਉੱਥੇ ਹੀ ਕੰਮ ਹੋ ਗਿਆ, ਔਰ ਸਾਨੂੰ ਰਿਪੋਰਟ ਇਹ ਵੀ ਪਤਾ ਲੱਗੀ ਇਸ ਕਰਕੇ ਪਰਚਾ ਬੰਦੇ ਪਰ ਬੰਦਾ ਅਰੈਸਟ ਨਹੀਂ ਕੀਤਾ ਜਾ ਰਿਹਾ। ਔਰ ਜਿਨ੍ਹਾਂ ਨੇ ਪਰਚਾ ਕਰਾਇਆ ਬਾਸੂ ਜੀ ਆਪਣੇ ਵਿਕਰਾਂਤ ਹੋਟਲ ਵਾਲੇ, ਉਹਨਾਂ ਨੂੰ ਵੀ 2-3 ਬੰਦਿਆਂ ਵੱਲ ਤੇ ਸਮਝੌਤੇ ਵਾਸਤੇ ਆਇਆ। ਆਖਿਰ ਕੌਣ ਬੰਦੇ ਨੇ ਉਹ ਜਿਨ੍ਹਾਂ ਨੇ ਸਮਝੌਤੇ ਵਾਸਤੇ ਇਹਨਾਂ ਨੂੰ ਕਿਹਾ? ਸਮਝੌਤਾ ਉਹੀ ਕਹੇਗਾ ਜਿਹੜਾ ਅਪਰਾਧੀ ਹੋਏਗਾ, ਤੇ ਮੇਰੇ ਹਿਸਾਬ ਨਾਲ ਪ੍ਰਸ਼ਾਸਨ ਨਾਲ ਮਿਲਿਆ ਹੋਇਆ। ਅੱਜ ਅਸੀਂ ਇੱਥੇ ਪੂਰਾ ਬਾਜ਼ਾਰ ਸਾਰੇ ਆਪਣੇ ਧਾਰਮਿਕ ਸੰਗਠਨਾਂ ਨਾਲ ਮਿਲ ਕੇ ਬੰਦ ਕਰਿਆ। ਜੇ ਅਗਲਾ ਇਹ ਨਾ ਕਿ ਹੁਣ ਇਹਨਾਂ ਨੇ ਕੋਈ ਅਰੈਸਟ ਪਾਈ ਤਾਂ ਹੋ ਸਕਦਾ ਅਸੀਂ ਚੱਕਾ ਜਾਮ ਵੀ ਕਰਾਂਗੇ, ਕਿਉਂਕਿ ਸਾਡੇ ਰਾਸ਼ਟਰੀ ਅਧਿਆਕਸ਼ ਸਤੀਸ਼ ਕੁਮਾਰ ਜੀ ਔਰ ਬਾਕੀ ਟੀਮਾਂ ਪਹੁੰਚ ਰਹੀਆਂ ਥੋੜੀ ਦੇਰ। ਅਨਵਾਲੀ ਸਾਹਿਬ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਤੁਸੀਂ ਚੱਲ ਜਲਦੀ ਗੱਲ ਕਰਦੇ ਹੋ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਤੁਸੀਂ ਨਾਲ ਪਹੁੰਚੇ ਹੋਏ ਹੋ, ਮੁੱਦਾ ਗੰਭੀਰ ਹੁੰਦਾ ਜਾ ਰਿਹਾ, ਬੰਦ ਦੀ ਕਾਲ ਦੇ ਦਿੱਤੀ ਗਈ ਹੈ, ਕਿੱਦਾਂ ਦੇਖਦੇ ਹੋ? ਦੇਖੋ, ਇੱਕ ਹਫ਼ਤੇ ਤੋਂ ਉੱਪਰ ਹੋ ਗਿਆ, ਜਿੱਦਾਂ ਨਿਕਸਨ ਜੀ ਨੇ ਦੱਸਿਆ, ਰੋਜ਼ ਕਹਿੰਦੇ ਵੀ ਅਸੀਂ ਕੱਲ੍ਹ ਬੰਦੇ ਪਕੜ ਲੈਣੇ, ਕੱਲ੍ਹ ਬੰਦੇ ਪਕੜ ਲੈਣੇ, ਕਿਤੇ ਨਾ ਕਿਤੇ ਪੋਲੀਟੀਕਲ ਪ੍ਰੈਸ਼ਰ ਹੈ। ਔਰ ਜਿੰਨੀਆਂ ਵੀ ਧਾਰਮਿਕ ਔਰ ਰਾਜਨੀਤਿਕ ਪਾਰਟੀਆਂ ਸਾਡੇ ਰੋਪੜ ਸ਼ਹਿਰ ਦੀਆਂ ਹੈ, ਉਹ ਸਾਰੀਆਂ ਇਕੱਠੀਆਂ ਹੋਈਆਂ ਹੈ। ਇਹ ਸਾਰਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਨਾਤਨ ਧਰਮ ਸਭਾ ਦੇ ਝੰਡੇ ਥੱਲੇ ਹੋ ਰਿਹਾ ਔਰ ਰੋਸ ਆ। ਔਰ ਜੇ ਅੱਜ ਕਾਰਵਾਈ ਸ਼ਾਮ ਤੱਕ ਨਾ ਹੋਈ ਔਰ ਜਲਦ ਹੀ ਜਿੱਦਾਂ ਸਾਰੇ ਸਾਥੀ ਕਹੂਗੇ ਅਸੀਂ ਜਿਹੜਾ ਹਾਈਵੇ ਜਾਮ ਚੱਕਾ ਜਾਮ ਕਰੂੰਗੇ। ਹਾਈਵੇ ਜਾਮ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ, ਮਤਲਬ ਬੰਦ ਕੀਤਾ ਜਾਏਗਾ ਹਾਈਵੇ? ਬਿਲਕੁਲ, ਜੇ ਅੱਜ ਔਰ ਕੱਲ ਦੇ ਵਿੱਚ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਉਸ ਤੋਂ ਬਾਅਦ ਜਿਹੜਾ ਹਾਈਵੇ ਜਾਮ ਕੀਤਾ ਜਾਊਗਾ। ਸੋ ਫਿਲਹਾਲ ਤਸਵੀਰਾਂ ਤੁਹਾਨੂੰ ਜ਼ਰੂਰ ਇੱਕ ਵਾਰੀ ਨਿਸ਼ਰ ਕਰਾਂਗੇ ਰੋਪੜ ਦੇ ਬਾਜ਼ਾਰ ਦੀਆਂ ਤਸਵੀਰਾਂ, ਚੌਕ ਜਗ੍ਹਾ ਦੀਆਂ ਤਸਵੀਰਾਂ ਨੇ। ਇਸ ਦੇ ਨਾਲ ਹੀ ਬਾਜ਼ਾਰ ਨੂੰ ਤੋਂ ਵੱਖ ਵੱਖ ਰਾਹ ਜਾਂਦੇ ਨੇ ਜੋ ਇਸ ਜਗ੍ਹਾ ਦੇ ਉੱਤੇ ਹੁੰਦੇ ਹੋਏ ਨਿਕਲਦੇ ਨੇ। ਵਪਾਰੀਆਂ ਅਤੇ ਸਨਾਤਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਜਿਹੜੀ ਗਊ ਹੱਤਿਆ ਹੋਈ ਆ ਉਸਦੇ ਦੋਸ਼ੀਆਂ ਨੂੰ ਫੜਨ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕੋਤਾਹੀ ਵਰਤੀ ਜਾ ਰਹੀ ਹੈ ਜਾਂ ਪੂਰੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਜਾਣੇ ਚਾਹੀਦੇ ਉਹ ਨਹੀਂ ਸਨ, ਇਸ ਕਰਕੇ ਸੰਕੇਤਿਕ ਤੌਰ ਦੇ ਉੱਤੇ 12 ਵਜੇ ਤੱਕ ਬਾਜ਼ਾਰ ਬੰਦ ਦੀ ਕਾਲ ਦਿੱਤੀ ਗਈ ਹੈ। ਫਿਲਹਾਲ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਦੇਖ ਰਹੇ ਹਾਂ ਰੋਪੜ ਦੇ ਬਾਜ਼ਾਰ ਦੀਆਂ। ਰੋਪੜ ਦੇ ਬਾਜ਼ਾਰ ਦੀ ਐਂਟਰੈਂਸ ਆ, ਇਸ ਵਕਤ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ 12 ਵਜੇ ਤੱਕ।